ਉਹ ਜਿਹੜਾ ਤੁਸੀਂ ਸਾਹਮਣੇ ਘਰ ਵੇਖ ਰਹੇ ਹੋ ਬਹੁਤ ਡੂੰਘਾ ਘਰ ਹੈ ਉਹ ਤੇ ਉਹ ਗੁਰਦਾਸ ਮਾਨ ਜੀ ਦਾ ਘਰ ਹੈ ਤੇ ਇਹ ਗੁਰਦਾਸ ਮਾਨ ਸਾਹਿਬ ਦੀ ਪੁਰਾਣੀ ਫੋਟੋ ਹੈ ਤੁਸੀਂ ਵੇਖ ਲਓ ਉਹਨਾਂ ਦੀ ਵਾਈਫ ਜੀ ਨਾਲ ਆਹ ਦੇਖੋ ਤੁਸੀਂ ਟੀਵੀ ਗੁਰਦਾਸ ਮਾਨ ਜੀ ਦਾ ਬਹੁਤ ਪੁਰਾਣਾ ਟੀਵੀ ਹੈ ਹੈਨਾ ਇੱਥੇ ਖੂਹ ਹੁੰਦਾ ਸੀ ਜਿੱਥੇ ਗੁਰਦਾਸ ਮਾਨ ਜੀ ਬੈਠਦੇ ਹੁੰਦੇ ਸੀ ਤੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚਿਆ ਗੁਰਦਾਸ ਮਾਨ ਜੀ ਦੇ ਪਿੰਡ ਗਿੱਦੜਬਾਹਾ ਇਹੀ ਉਹ ਗਲੀਆਂ ਨੇ ਜਿੱਥੇ ਗੁਰਦਾਸ ਮਾਨ ਛੋਟੇ ਹੁੰਦੇ ਖੇਡਿਆ ਹੈਗਾ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਹੈਨਾ ਗੁਰਦਾਸ ਮਾਨ ਜੀ ਨੇ ਜਿਹੜਾ ਇੱਕ ਗੀਤ ਗਾਇਆ ਸੀ ਪਿੰਡ ਨੂੰ ਲੈ ਕੇ ਤੇ ਗੁਰਦਾਸ ਮਾਨ ਜੀ ਦਾ ਆਪਾਂ ਘਰ ਦਿਖਾਉਂਦੇ ਹਾਂ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਜਿੱਥੇ ਗੁਰਦਾਸ ਮਾਨ ਜੀ ਵੱਡੇ ਹੋਏ ਆਪਦੀ ਸਿੰਗਿੰਗ ਦੀ ਲਾਈਨ ਜਿਹੜੀ ਸ਼ੁਰੂ ਕਰੀ ਸੀ ਗੁਰਦਾਸ ਮਾਨ ਜੀ ਨੇ ਬਿਲਕੁਲ ਉਸੇ ਤਰ੍ਹਾਂ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਅੱਜ ਵੀ ਸਾਂਭੀਆਂ ਹੋਈਆਂ ਨੇ ਉਸ ਘਰ ਵਿੱਚ ਗੁਰਦਾਸ ਮਾਨ ਜੀ ਦਾ ਟੀਵੀ ਗੁਰਦਾਸ ਮਾਨ ਜੀ ਦੀ ਪਹਿਲੀ ਟਰੋਫੀਆਂ ਹੈ ਨਾ ਅਤੇ ਹੋਰ ਵੀ ਜਿਹੜੀਆਂ ਕਾਫੀ ਪੁਰਾਣੀਆਂ ਤਸਵੀਰਾਂ ਲਾ ਲਓ ਅਤੇ ਇਹ ਘਰ ਹੈ ਜੀ ਗੁਰਦਾਸ ਮਾਨ ਜੀ ਦਾ ਦੇਖਣ ਨੂੰ ਬਾਹਰੋਂ ਕੁਛ ਹੋਰ ਲੱਗਦਾ ਪਰ ਜਦੋਂ ਤੁਸੀਂ ਅੰਦਰ ਜਾਓਗੇ ਉੱਧਰਲੇ ਪਾਸੇ ਤਾਂ ਉਹ ਘਰ ਹੈ ਜਿੱਥੇ ਗੁਰਦਾਸ ਮਾਨ ਜੀ ਦਾ ਜਿਹੜਾ ਜੱਦੀ ਘਰ ਹੁੰਦਾ ਸੀ ਨਾ ਇਹ ਗੁਰਦਾਸ ਮਾਨ ਜੀ ਦੇ ਭਰਾ ਦੇ ਵੱਡੇ ਭਰਾ ਦੇ ਜਿਹੜੇ ਬੇਟੇ ਨੇਗੇ ਅਤੇ ਆ ਜਾਓ ਆਪਾਂ ਅੱਗੇ ਚੱਲਦੇ ਹਾਂ ਭਾਈ ਸਾਹਿਬ ਜਿਹੜੇ ਖੁਦ ਸਾਨੂੰ ਐਡੀ ਦੂਰੋਂ ਲੈ ਕੇ ਆਏ ਨੇ ਅਤੇ ਜਦੋਂ ਪੁੱਛਿਆ ਹੈ ਨਾ ਤਾਂ ਖੁਦ ਕਿਹਾ ਕਹਿੰਦੇ ਆ ਜਾਓ ਬਾਈ ਜੀ ਆਪਾਂ ਚੱਲਦੇ ਹਾਂ ਅਤੇ ਆਹ ਘਰ ਦੇਖੋ ਪਹਿਲਾਂ ਤੁਸੀਂ ਇਹ ਗੁਰਦਾਸ ਮਾਨ ਜੀ ਦਾ ਘਰ ਹੈ ਜਿੱਥੇ ਉਹਨਾਂ ਦੇ ਭਰਾ ਜੀ ਰਹਿੰਦੇ ਨੇ ਅਤੇ ਇੱਕ ਬੈਕਗਰਾਊਂਡ 'ਤੇ ਜਿਹੜਾ ਪਿੱਛੇ ਘਰ ਬਣਿਆ ਹੋਇਆ ਜਿਹੜਾ ਗੁਰਦਾਸ ਮਾਨ ਜੀ ਦਾ ਜੱਦੀ ਘਰ ਹੁੰਦਾ ਸੀ ਬਿਲਕੁਲ ਉਸੇ ਤਰ੍ਹਾਂ ਜਿਹੜਾ ਸਾਂਭਿਆ ਹੋਇਆ ਆ ਜਾਓ ਆਪਾਂ ਉੱਧਰਲੇ ਪਾਸੇ ਜਿਹੜਾ ਚੱਲਦੇ ਹਾਂ ਅਤੇ ਉਹ ਜਿਹੜਾ ਤੁਸੀਂ ਸਾਹਮਣੇ ਘਰ ਵੇਖ ਰਹੇ ਹੋ ਬਹੁਤ ਡੂੰਘਾ ਘਰ ਹੈ ਉਹ ਅਤੇ ਉਹ ਗੁਰਦਾਸ ਮਾਨ ਜੀ ਦਾ ਘਰ ਹੈ ਇੱਥੋਂ ਜਿਹੜੀ ਆਪਦੀ ਸਿੰਗਿੰਗ ਦੀ ਸ਼ੁਰੂਆਤ ਕੀਤੀ ਸੀ ਇੱਥੇ ਜਿਹੜਾ ਗੁਰਦਾਸ ਮਾਨ ਜੀ ਨੇ ਗਾਣਾ ਸ਼ੁਰੂ ਕੀਤਾ ਹੈ ਨਾ ਆਪਦਾ ਰਿਆਜ਼ ਕੀਤਾ ਗੁਰਦਾਸ ਮਾਨ ਜੀ ਨੂੰ ਘਰ ਦੇ ਵਿੱਚੋਂ ਜਿਹੜਾ ਗਾਣ ਨਹੀਂ ਦਿੱਤਾ ਜਾਂਦਾ ਸੀਗਾ ਕਿਉਂਕਿ ਰੋਕਿਆ ਜਾਂਦਾ ਸੀ ਅਤੇ ਪਿਤਾ ਵੱਲੋਂ ਕਿਹਾ ਜਾਂਦਾ ਸੀ ਡਾਂਟਿਆ ਜਾਂਦਾ ਸੀ ਵੀ ਤੂੰ ਕਿਹੜੇ ਜਿਹੜਾ ਕੰਜਰ ਕਿੱਤਿਆਂ 'ਚ ਪੈ ਗਿਆ ਹੈ ਨਾ ਪਰ ਗੁਰਦਾਸ ਮਾਨ ਜੀ ਨੇ ਜਿਹੜੀ ਆਪਦੀ ਮਿਹਨਤ ਦੀ ਲਗਨ ਛੱਡੀ ਨਹੀਂ ਅਤੇ ਉਦੋਂ ਬਾਅਦ ਜਦੋਂ ਗੁਰਦਾਸ ਮਾਨ ਕੁਝ ਬਣ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਪਿਤਾ ਵੀ ਪ੍ਰਾਊਡ ਕਰਨ ਲੱਗ ਗਿਆ ਸੀ ਹੈ ਨਾ ਅਤੇ ਆਹ ਦੇਖੋ ਬਿਲਕੁਲ ਜਿਹੜਾ ਨੀਵਾਂ ਘਰ ਹੈ ਗੁਰਦਾਸ ਮਾਨ ਜੀ ਦਾ 1982-83 ਵਿੱਚ ਗੁਰਦਾਸ ਮਾਨ ਜੀ ਨੂੰ ਪੰਜਾਬੀ ਮਾਂ ਬੋਲੀ ਦਾ ਜਿਹੜਾ ਮਾਣ ਕਿਹਾ ਜਾਣ ਲੱਗ ਪਿਆ ਸੀਗਾ 1982-83 ਸਿਰਫ 3-4 ਸਾਲਾਂ ਦੇ ਵਿੱਚ ਜਿਹੜਾ ਪੰਜਾਬੀ ਮਾਂ ਬੋਲੀ ਦਾ ਮਾਣ ਕਿਹਾ ਜਾਂਦਾ ਸੀ ਗੁਰਦਾਸ ਮਾਨ ਨੂੰ ਅੱਜ ਤੱਕ ਜਿਹੜਾ ਪੰਜਾਬੀ ਮਾਂ ਬੋਲੀ ਦਾ ਜਿਹੜਾ ਮਾਣ ਕਿਹਾ ਜਾਂਦਾ ਹੈ ਤਕਰੀਬਨ 35-40 ਸਾਲ ਵਿੱਚ ਬਹੁਤ ਕੁਝ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਗੁਰਦਾਸ ਮਾਨ ਜੀ ਨੇ ਦਿੱਤਾ ਅਤੇ ਘਰ ਦੇਖੋ ਆਪਾਂ ਗੁਰਦਾਸ ਮਾਨ ਜੀ ਦਾ ਘਰ ਵੇਖਦੇ ਹਾਂ ਅਤੇ ਆਪਾਂ ਗੱਲਬਾਤ ਵੀ ਕਰਾਂਗੇ ਕੁਝ ਬਚਪਨ ਦੀਆਂ ਗੱਲਾਂ ਜਾਣਾਂਗੇ ਉਹਨਾਂ ਦੀ ਪੜ੍ਹਾਈ ਬਾਰੇ ਅਤੇ ਉਹ ਖੂਹ ਵੀ ਦਿਖਾਵਾਂਗੇ ਜਿੱਥੇ ਗੁਰਦਾਸ ਮਾਨ ਜੀ ਹਮੇਸ਼ਾ ਬੈਠਦੇ ਹੁੰਦੇ ਸੀ ਪਹਿਲਾਂ ਇਹ ਤਸਵੀਰ ਦੇਖੋ ਬਹੁਤ ਜ਼ਿਆਦਾ ਪੁਰਾਣੀ ਤਸਵੀਰ ਹੈ ਜਿਹੜੀ ਗੁਰਦਾਸ ਮਾਨ ਜੀ ਉਹਨਾਂ ਦੀ ਵਾਈਫ ਅਤੇ ਜਿਹੜੇ ਗੁਰਦਾਸ ਮਾਨ ਜੀ ਦੇ ਦੋਸਤ ਨੇ ਉਹਨਾਂ ਦੇ ਬੇਟੇ ਉਹਨਾਂ ਦੀ ਜਿਹੜੀ ਤਸਵੀਰ ਹੈ ਅਤੇ ਥੱਲੇ ਜਿਹੜੀਆਂ ਟਰੋਫੀਆਂ ਪਈਆਂ ਨੇ ਗੁਰਦਾਸ ਮਾਨ ਜੀ ਦੇ ਆਪਣਾ ਪੰਜਾਬ ਇੱਕ ਗੀਤ ਵੀ ਆਇਆ ਸੀ ਹੈ ਨਾ ਅਤੇ ਆਹ ਦੇਖੋ ਕਾਫੀ ਜਿਹੜੀਆਂ ਚੀਜ਼ਾਂ ਨੇ ਗੁਰਦਾਸ ਮਾਨ ਜੀ ਦੀ ਅੱਜ ਵੀ ਸਾਂਭੀਆਂ ਹੋਈਆਂ ਨੇ ਉਸੇ ਤਰ੍ਹਾਂ ਜਿਹੜਾ ਬਿਲਕੁਲ ਘਰ ਹੈ ਜਿਹੜਾ ਸਾਂਭਿਆ ਹੋਇਆ ਹੈਗਾ ਅਤੇ ਆਹ ਦੇਖੋ ਤੁਸੀਂ ਟੀਵੀ ਗੁਰਦਾਸ ਮਾਨ ਜੀ ਦਾ ਬਹੁਤ ਪੁਰਾਣਾ ਟੀਵੀ ਹੈ ਹੈ ਨਾ ਅੱਜ ਦੇ ਸਮੇਂ 'ਚ ਤਾਂ ਆਪਾਂ ਕਹਿ ਲਈ ਵੀ LED ਵਗੈਰਾ ਚੱਲ ਪਈਆਂ ਅਤੇ ਹੋਰ ਆ ਜੋ ਆਪਾਂ ਉੱਧਰਲੇ ਪਾਸੋਂ ਦਿਖਾਉਂਦੇ ਹਾਂ ਉਸੇ ਤਰ੍ਹਾਂ ਜਿਹੜੀਆਂ ਕਾਫੀ ਪੁਰਾਣੀਆਂ ਚੀਜ਼ਾਂ ਨੇ ਬਿਲਕੁਲ ਉਸੇ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ ਪਰ ਇੱਕ ਯਾਦ ਜੁੜੀ ਹੋਈ ਆ ਗੁਰਦਾਸ ਮਾਨ ਜੀ ਦੀ ਉਸ ਚਾਹੁਣ ਤਾਂ ਸਾਰਾ ਕੁਛ ਹੈ ਨਾ ਪਰਮਾਤਮਾ ਦਾ ਦਿੱਤਾ ਤਾਂ ਬਹੁਤ ਵੱਡਾ ਕਰ ਸਕਦੇ ਨੇ ਇਹਨੂੰ ਹਾਲੇ ਵੀ ਪਰ ਜਿਹੜਾ ਅੱਗੇ ਘਰ ਵਧੀਆ ਪਾ ਦਿੱਤਾ ਅਤੇ ਇਹ ਉਸੇ ਤਰ੍ਹਾਂ ਯਾਦ ਜਿਹੜੀ ਸਾਂਭੀ ਹੋਈ ਹੈ ਨਾ ਗੁਰਦਾਸ ਮਾਨ ਜੀ ਦੇ ਅਤੇ ਇੱਧਰ ਦੇਖੋ ਤੁਸੀਂ ਕਾਫੀ ਜਿਹੜਾ ਗੁਰਦਾਸ ਵਧੀਆ ਸੀ ਉਸ ਵੇਲੇ ਆਪਾਂ ਐਂ ਨਹੀਂ ਕਹਿੰਦੇ ਵੀ ਚੰਗੇ ਸੀ ਘਰੋਂ ਗੁਰਦਾਸ ਮਾਨ ਜੀ ਤਾਂ ਦੋਸਤੋ ਇਹ ਹੈ ਗੁਰਦਾਸ ਮਾਨ ਸਾਹਿਬ ਦਾ ਜੱਦੀ ਘਰ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀ ਦੀ ਹੈ ਨਾ ਤੁਸੀਂ ਗੀਤ ਸੁਣਿਆ ਹੋਣਾ ਮਾਨ ਸਾਹਿਬ ਦਾ ਅਤੇ ਉਹੀ ਪਿੰਡ ਹੈ ਜਿੱਥੇ ਮਾਨ ਸਾਹਿਬ ਦਾ ਜਿਹੜਾ ਸਾਰਾ ਬਚਪਨ ਬੀਤਿਆ ਅਤੇ ਕਮਰਾ ਦੇਖੋ ਤੁਸੀਂ ਉਸੇ ਤਰ੍ਹਾਂ ਜਿਹੜਾ ਅੱਜ ਵੀ ਜੱਦੀ ਘਰ ਹੈ ਮਾਨ ਸਾਹਿਬ ਦਾ ਅਤੇ ਸੰਭਾਲਿਆ ਹੋਇਆ ਹੈ ਨਾ ਅਤੇ ਅੱਜ ਮੈਂ ਇੱਕ ਫੋਟੋ ਵੀ ਦਿਖਾਉਣਾ ਸਾਨੂੰ ਮਾਨ ਸਾਹਿਬ ਦੀ ਤੇ ਇਹ ਗੁਰਦਾਸ ਮਾਨ ਸਾਹਿਬ ਦੀ ਪੁਰਾਣੀ ਫੋਟੋ ਹੈ ਤੁਸੀਂ ਵੇਖ ਲਓ ਉਹਨਾਂ ਦੀ ਵਾਈਫ ਜੀ ਨਾਲ ਅਤੇ ਆਹ ਜਿਹੜੇ ਉਹਨਾਂ ਦੇ ਬੇਟੇ ਨੇਗੇ ਅਤੇ ਇੱਧਰ ਜਿਹੜਾ ਕਾਫੀ ਪੁਰਾਣਾ ਟੀਵੀ ਪਿਆ ਮਾਨ ਸਾਹਿਬ ਦਾ ਅਤੇ ਆਪਣੇ ਨਾਲ ਗੁਰਦਾਸ ਮਾਨ ਜੀ ਦੇ ਚਾਚਾ ਜੀ ਦੇ ਜਿਹੜੇ ਬੇਟਾ ਜੀ ਨੇ ਉਹ ਆਪਣੇ ਨਾਲ ਬਾਈ ਮੌਜੂਦ ਹੈ ਅਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਦੋ ਚਾਰ ਕੀ ਹਾਲ ਨੇ ਬਾਈ ਜੀ ਠੀਕ ਹੈ ਬਹੁਤ ਵਧੀਆ ਅਤੇ ਬਾਈ ਤੁਸੀਂ ਕਦੇ ਮਿਲਿਓ ਗੁਰਦਾਸ ਮਾਨ ਨੂੰ ਹਾਂਜੀ ਅਸੀਂ ਤਾਂ ਮਿਲਦੇ ਰਹਿੰਦੇ ਕਦੇ ਨਹੀਂ ਕਿ ਤੂੰ ਪਿੰਡ ਆਏ ਨੂੰ ਕਿੰਨਾ ਟਾਈਮ ਹੋ ਗਿਆ ਪਿੰਡ ਆਇਆ ਤਾਂ ਜੀ 15-20 ਦਿਨ ਹੋਏ 15-20 ਦਿਨ ਅੱਛਾ ਜਦੋਂ ਵੀ ਮਤਲਬ ਉਹਨੇ ਸ਼ੋਅ ਵਗੈਰਾ ਹੁੰਦਾ ਕਿ ਆ ਕੇ ਜਾਂਦਾ ਅੱਗੇ ਪਿੱਛੇ ਸ਼ੋਅ ਹੋਵੇ ਇੱਥੇ ਆ ਕੇ ਜਾਣਾ ਜੀ ਅੱਛਾ ਤੇ ਇਕੱਲੇ ਆਉਂਦੇ ਨੇ ਉਹਨਾਂ ਦੀ ਵਾਈਫ ਫਿਰ ਜਵਾਕ ਵੀ ਆਉਂਦੇ ਨੇ ਹੋਰੀ ਬੱਚੇ ਵੀ ਬੱਚੇ ਵੀ ਆਉਂਦੇ ਨੇ ਜੀ ਅੱਛਾ ਜੀ ਤੇ ਜਦੋਂ ਗੁਰਦਾਸ ਮਾਨ ਜੀ ਦੇ ਜਿਹੜੇ ਮਾਤਾ ਜੀ ਗੁਜਰੇ ਸੀ ਉਦੋਂ ਫਿਰ ਮਾਤਾ ਜੀ ਦਾ ਇੱਥੇ ਰਹਿੰਦੇ ਸੀ ਕਿ ਉਹ ਵੀ ਆਉਂਦੇ ਸੀ ਦੂਸਰੇ ਘਰੇ ਰਹਿੰਦੇ ਸੀ ਬਾਈ ਦੇ ਪੰਥ ਵਾਲੇ ਅੱਛਾ ਇੱਥੇ ਕਿ ਹੋਰ ਵੀ ਘਰ ਹਾਂ ਜੀ ਮਾਨ ਸਾਹਿਬ ਦਾ ਮਾਨ ਸਾਹਿਬ ਦੇ ਬਰਾਬਰ ਦਾ ਘਰ ਹੈ ਅੱਛਾ ਪਿੰਡ ਮਾਨ ਕਰਦਾ ਮਾਨ ਸਾਹਿਬ ਦੇ ਪੂਰਾ ਹਾਂ ਜੀ ਬਹੁਤ ਮਾਨ ਕਰਦਾ ਹੈ ਅੱਛਾ ਹੁਣ ਜੇ ਪਿੱਛੇ ਜੇ ਗੱਲਾਂ ਬਾਤਾਂ ਨਹੀਂ ਹੋਏ ਸੀ ਨਾ ਮਾਂ ਬੋਲੀ ਦਾ ਗਦਾਰ ਕਹਿੰਦਾ ਸੀ ਕੋਈ ਕਿਵੇਂ ਕਹਿੰਦਾ ਸੀ ਵੀ ਪਿੰਡ 'ਚ ਤਾਂ ਨਹੀਂ ਕੋਈ ਬੰਦਾ ਕੋਈ ਨਹੀਂ ਵਿਰੋਧ 'ਚ ਹੈਗਾ
वैसे तुसी आपदे पिता जी तो गल्लां सुनिया होणगीआं हैना वी बचपन दे विच कोई तां कोई गल होवे मान साहब दी पढ़े तां इत्थे ने हां पढ़े इत्थे आ अच्छा जी ते कदे मतलब छोटे फादर साहब नु नहीं जावे मन नाल बंबे चलो जां सोनू कदे गया होवे तां तुसी गए हो कदे बंबे नहीं मैं नहीं अच्छा कदे कहा नहीं खूह ते बह के गन्ने चूपा घर का कमाद होवे अपना पंजाब होवे अपना पंजाब होवे तां दोस्तों ये सत है। हुण एक चिंता ना कर यार तुसीं गीत भी सुनिया होना वो इत्थे जिहड़ा शूट होया ते इत्थे एक खूह हुंदा सी तुसी थोड़ा जिहड़ा सानू चमकदा होना निशानी इत्थे खूह हुंदा सी जिथे गुरदास मान जी बैठदे हुंदे सी ते हमेशा जिहड़े काफ़ी इस खूह ते जिहड़े गाने भी गाए ने है ना ते इन्ने कु याद कहिंदे हसमुख बंदे सी वी शैल छबीला कह लई आपां वी पिंड दे हरेक बंदे नू रौनकी सी हरेक बंदे नू जिहड़ा बुला के लंघदा सी आपां नू वैसे फिल्मां च देखण नू मिलिया होना है ना गाणियां दे विच ही सुभाअ देखण नू मिलिया होना तो बहुत ज़्यादा वधिया कहिंदे नेचर दे बंदे सी गुरदास मान जी तो इत्थे आके जिहड़े गुरदास मान जी नहाया करदे सी आ टूटियां ते हालांकि हुण जिहड़ियां टूटियां ने वह बंद हो गई पर गुरदास मान जी इत्थे नहाया करदे इत्थों जिहड़ी स्टार्ट होया इत्थों कैरियर पिंड दे लोकां दा कहना भी सानू जिहड़ा सुनाया करदा सी उस गुरदास मान उस वेले गीत ते जे साडे चों किसे नू आउंदा तां उह सातों सुन लैंदा ते उह ते कोई ना कोई अगे जिहड़ा गीत बना दिंदा सी ते आ पिंड दे जिहड़े सारे बजुर्ग लोग खड़े ने इत्थे ते तकरीबन इन्हां विचों कई गुरदास मान जी दे यार दोस्त ने कई गुरदास मान जी नाल रहिंदे सी है ना दोस्तों वीडियो वधिया लगी तां शेयर जरूर करियो रोंदे होए आओगे हंसते होए जाओगे वशीकरण करवाओ मन चाहा प्यार पाओ गेट एक्स लव बैक इन योर लाइफ परेशानी जिवें प्यार च धोखा खोया प्यार वापस पौना प्रेम वाली माता पिता नु मनाउणा सौतन दुश्मन तो छुटकारा लाटरी नंबर पाओ 649 जा होवे लोटो मैक्स दुखी भैण भरा एक बार जरूर संपर्क करो पहला मेरा किथे भी लव मैरिज नु लेके काम नहीं बन रहा सी फिर मैंने किसी ने बारे दसिया मैं उन्होंने कोल गई तो मेरा काम भी बनया उस तो पहला मैं बहुत बाबियां